ਮੈਂ ਜੀ ਸ਼ਾਦੀ ਕਰਵਾਉਣਾ ਚਾਹੁੰਦਾ ਤੇ ਮੈਨੂੰ ਪਤਾ ਲੱਗਾ ਕਿ ਤੁਸੀਂ ਰਿਸ਼ਤੇ ਕਰਾਉਂਦੇ ਜੀ। ਮੈਂ ਰਿਸ਼ਤੇ ਵੀ ਕਰਵਾਨੀ ਆ ਤੇ ਫਰਾਡੀਏ ਅੰਦਰ ਵੀ ਕਰਵਾਨੀ ਆ। ਮੈਂ ਦੁੱਧ ਪਤੀ ਆ। ਹੈ? ਉਹ ਸੌਰੀ ਉਹਨਾਂ ਦੇ ਮੂੰਹ ਚੋਂ ਨਿਕਲ ਗਿਆ ਦੁੱਧ ਪਤੀ, ਅਸਲ 'ਚ ਉਹਨਾਂ ਨੇ ਕਰੋੜਾ ਪਤੀ ਕਹਿਣਾ ਸੀ। ਕਿਸ ਤਰ੍ਹਾਂ ਦਾ ਰਿਸ਼ਤਾ ਚਾਹੀਦਾ? ਕੁੜੀ 6 ਫੁੱਟ ਲੰਬੀ ਹੋਵੇ, 2 ਫੁੱਟ ਚੌੜੀ ਹੋਵੇ, 3 ਸੂਤਰ ਦਾ ਨੱਕ ਹੋਵੇ ਤੇ 2.5 ਇੰਚ ਦੇ ਬੁੱਲ ਹੋਣ, ਰੰਗ ਦੀ ਚਿੱਟੀ ਹੋਵੇ, ਦਿਲ ਦੀ ਕਾਲੀ ਹੋਵੇ, ਹੱਥਾਂ ਦੀ ਸਖਤ ਹੋਵੇ ਤੇ ਪੈਰਾਂ ਦੀ ਮਿੱਟੀ ਨਾ ਛੱਡੇ। ਠੀਕ। ਪੜ੍ਹੀ ਕਿੰਨੀ ਕੁ ਹੋਵੇ? ਪੜ੍ਹਾਈ ਉਹਦੀ ਇੰਜ ਹੋਵੇ ਕਿ BA 'ਚ ਮੈਟ੍ਰਿਕ ਕੀਤਾ ਹੋਵੇ, 6ਵੀਂ 'ਚ ਦੌੜੀ ਹੋਵੇ ਤੇ 8ਵੀਂ 'ਚ ਤੁਰ ਕੇ ਗਈ ਹੋਵੇ, 2 ਦਾ ਭਾੜਾ ਵੀ ਆਉਂਦਾ ਹੋਵੇ। ਯਾਨੀ ਜਿਹਨੇ ਕੋਈ ਡਿਗਰੀ ਸਿਗਰੀ ਲਈ ਹੋਵੇ? ਹਾਂਜੀ। ਯਾਨੀ ਤੇ ਉਹਦੀ ਜ਼ਾਤ ਜਿਹੜੀ ਮਰਜ਼ੀ ਹੋਵੇ ਪਰ ਕਮ ਜ਼ਾਤ ਨਾ ਹੋਵੇ। ਪੈਸੇ ਵਾਲੇ? ਹਾਂਜੀ। ਕਿੰਨੇ ਕੁ ਅਮੀਰ? ਵੇਖ ਲਓ, ਮੈਂ ਰੋਜ਼ ਦੇ 35-40 ਰੁਪਏ ਖਰਚ ਲੈਂਦਾ। ਸਾਈਕਲ ਵੀ ਹੈਗਾ ਜੀ, ਇੱਕੋ ਹੀ ਪੈਂਚਰ ਲੱਗਾ ਤੇ ਕੰਮ ਮਾਸ਼ਾਅੱਲਾ ਮੇਰਾ ਇਹੀ ਆ ਕਿ ਮੈਂ ਕੋਈ ਕੰਮ ਲੱਭਾਂ ਤੇ 100 ਕਿੱਲੇ ਜ਼ਮੀਨ ਦਾ ਮਾਲਕ ਵੀ ਮੈਨੂੰ ਜਾਣਦਾ, ਕੁੜੀ ਵਾਲੇ ਵੀ ਫਿਰ। ਤਾਂ ਕੋਈ ਇੱਕ ਗੱਲ ਪੁੱਛਾਂ? ਕਿਉਂ ਨਹੀਂ ਜੀ, ਭਾਵੇਂ ਮੇਰਾ ਨੰਬਰ ਪੁੱਛੋ। ਤੁਸੀਂ ਵਿਆਹਾਂ ਤੇ ਗਾਉਂਦੇ ਤੇ ਨਹੀਂ? ਉਹ ਨਹੀਂ ਜੀ, ਉਸ ਕੰਮ ਨਾਲ ਗੁਜ਼ਾਰਾ ਹੁੰਦਾ। ਕੰਮ ਕੱਖ ਦਾ ਨਹੀਂ, ਕੁੜੀ ਤੂੰ ਪੂਜਾ ਪੱਟ ਮੰਗੀ ਜਾਣਾ। ਮੇਰੀ ਗੱਲ ਮੰਨੇ ਤੇ ਹਜੇ ਵਿਆਹ ਨਾ ਕਰਾਈ। ਬੰਦਾ ਘਰੋਂ ਸਬਜ਼ੀ ਲੈਣ ਜਾਂਦਾ ਤੇ ਪਿੱਛੋਂ ਬੁੱਢੀ ਦਾ ਫੋਨ ਪਤਾ ਕੀ ਆਂਦਾ ਹੈ, ਨਿੱਕੇ ਮੁੰਡੇ ਦਾ ਸਿਰ ਪਾਟ ਗਿਆ ਤੇ ਫ੍ਰਿਜ ਸੜ ਗਈ। ਤੁਹਾਡਾ ਮੇਰਾ ਵਿਆਹ ਹੋ ਸਕਦਾ? ਪੰਜਰੇ ਦੀ ਇਜਾਜ਼ਤ ਨਹੀਂ ਹੈ। ਰਿਸ਼ਤਾ ਛੱਡ ਕੇ ਕੋਈ ਕੰਮ ਲੱਭਦੇ? ਗੁੱਡ, ਸਮਝਦਾਰ ਲੱਗਾ।